लोकसभा चुनाव को लेकर लुधियाना में गुटबंदी थमती दिखने रही है, खास करके कांग्रेस में यह गुटबंदी बार बार उभरती जा रही है। आज लुधियाना से कांग्रेस पार्टी के उम्मीदवार रवनीत सिंह बिट्टू अपने नाराज चल रहे विधायक लुधियाना उत्तरी से राकेश पांडे को मनाने के लिए उनके घर पहुंचे। हालांकि ये भी बातें उड़ रही थी कि विधायक राकेश पांडे पार्टी से नाराज होकर अकाली दल में जा सकते हैं और इस बारे में एक निजी चैनल में खबर भी चली, लेकिन इस बात का कांग्रेस के विधायक ने पुरजोर खंडन किया है। वहीं राकेश पांडे का कहना है कि उनका गिला आज भी कैप्टन अमरिंदर सिंह मुख्यमंत्री पंजाब से है और आगे भी रहेगा और विचारों में मतभेद जुड़ी हुए हैं, तो जहां उनकी बात सही होगी वे अपनी बात जरूर रखेंगे, लेकिन उन्होंने ये भी साफ किया कि वह किसी भी तरह से ना तो वह और ना ही उनका परिवार अकाली दल में जा रहा है। लुधियाना उत्तरी विधानसभा से कांग्रेस पार्टी के विधायक राकेश पांडे के अकाली दल में शामिल होने की अफवाहों के बीच सांसद रवनीत सिंह बिट्टू ने पांडे के साथ उनके निवास स्थान पर बैठक की और मीडिया के एक हिस्से की ओर से चलाई जा रही खबरों को निंदनीय बताकर उनका पुरजोर खंडन किया। सांसद बिट्टू ने कहा कि पांडे परिवार ने देश और पार्टी की विचारधारा के लिए अपने प्राणों का बलिदान दिया है, ऐसे व्यक्ति का कांग्रेस छोड़ने का सवाल ही नहीं उठता। उन्होंने कहा कि वह यहां उत्तरी विधानसभा क्षेत्र में मीटिंग को लेकर पांडे से चर्चा करने पहुंचे हैं। उन्होंने उस निजी चैनल की भी निंदा की जिसने ये खबर को चलाया है। वहीं पत्रकारों से बातचीत करते हुए विधायक पांडे ने उनके अकाली दल में शामिल होने की अफवाहों का जोरदार खंडन करते हुए कहा कि ऐसा कभी नहीं हो सकता, उनके पार्टी में गिले शिकवे हैं पर नाराजगी नहीं है। उन्होंने कहा कि वह कांग्रेस के लिए पूरी तरह से प्रचार करेंगे। उन्होंने ऐसी चैनल की निंदा भी की। ਤੁਹਾਨੂੰ ਕਿਹਨੇ ਕਿਹਾ ਸੀ ਵੀ ਨਾਰਾਜ਼ਗੀ ਆ ਸੀ? ਕੁਝ ਪਾਂਡੇ ਜੀ ਨੇ ਹਮੇਸ਼ਾ ਇਹ ਗੱਲ ਕਹੀ ਤੁਹਾਡੇ ਚੈਨਲਾਂ ਤੇ ਵੀ ਜਿਹਨੂੰ ਪਾਰਟੀ ਟਿਕਟ ਦੇਗੀ ਅਸੀਂ ਉਸ ਪਾਰਟੀ ਦੇ ਸਿਪਾਹੀ ਆ ਤੇ ਸਿਪਾਹੀ ਦੇ ਤੌਰ ਤੇ ਪਾਰਟੀ ਦੇ ਨਾਲ ਚੱਲਣਾ। ਜਿਵੇਂ ਅਸੀਂ ਹਰ ਰੋਜ਼ ਮੀਟਿੰਗਾਂ ਕਰਦੇ ਹਾਂ ਹਰ MLA ਸਾਹਿਬਾਨਾਂ ਨਾਲ, ਜਿਵੇਂ ਰੋਜ਼ ਮੀਟਿੰਗਾਂ ਚੱਲਦੀਆਂ ਵੀ ਕਿਵੇਂ ਇਲਾਕੇ ਦਾ ਪ੍ਰੋਗਰਾਮ ਬਣਨਾ ਹੈ, ਤੇ ਉਹ ਪ੍ਰੋਗਰਾਮ ਆ ਜਿਹੜਾ ਅੱਜ ਸਾਰੇ ਕੌਂਸਲਰ ਸੱਦ ਕੇ ਉਹ ਮੀਟਿੰਗਾਂ ਜਿਹੜੀ ਅੱਜ ਪਾਂਡੇ ਜੀ ਨੇ ਕੀਤੀ ਹੈ। ਪਰ ਹਾਂ, ਇੱਕ ਚੈਨਲ 'ਤੇ ਹੁਣੀ ਸਾਨੂੰ ਪਤਾ ਲੱਗਿਆ ਵੀ ਇਹ ਗੱਲ ਚੈਨਲ 'ਤੇ ਚੱਲ ਰਹੀ ਸੀ। ਇਹ ਪਰਿਵਾਰ ਉਹ ਪਰਿਵਾਰ ਆ ਜਿਹਨੇ ਪਾਰਟੀ ਖਾਤਰ, ਦੇਸ਼ ਖਾਤਰ, ਕੌਮ ਖਾਤਰ ਆਪਣਾ ਖੂਨ ਦਾ ਕਤਰਾ ਕਤਰਾ ਡੋਲਤਾ, ਅਤੇ ਤੁਸੀਂ ਸੋਚ ਸਕਦੇ ਹੋ ਵੀ ਇਹ ਪਾਰਟੀ ਛੱਡ ਕੇ ਕਿਸੇ ਪਾਰਟੀ ਜਾਣਗੇ? ਮੈਂ ਸਮਝਦਾ ਇਹ ਮੰਦਭਾਗੀ ਗੱਲ ਆ, ਇਹ ਜਿਹੜੀ ਗਮਰਾਹ ਕਰਨ ਵਾਲੀ ਜਿਹਨੇ ਗੱਲ ਚਲਾਈ ਆ, ਅਸੀਂ ਤਾਂ ਅੱਜ ਆਪਣੇ ਹਲਕੇ ਦਾ ਪ੍ਰੋਗਰਾਮ ਬਣਾਉਣ ਆਏ ਹੋਏ ਹਾਂ, ਅਤੇ ਜਿਹਨੇ ਜਾਨ ਕੁਰਬਾਨੀ ਦਿੱਤੀ ਹੋਵੇ ਪਾਰਟੀ ਲਈ, ਤੁਸੀਂ ਸੋਚ ਸਕਦੇ ਹੋ ਵੀ ਉਹਦਾ ਪੁੱਤ 6 ਵਾਰ ਜਿਹੜਾ ਪਾਰਟੀ ਦਾ MLA ਰਿਹਾ ਹੋਵੇ, ਉਹ ਆਪਣੀ ਪਾਰਟੀ ਤੋਂ ਪਾਰਟੀ ਮਾਂ ਹੁੰਦੀ ਆ, ਉਹ ਪਾਰਟੀ ਨੂੰ ਛੱਡ ਕੇ ਕਦੇ ਕਿੰਤੂ ਪਰੰਤੂ ਹੋ ਸਕਦਾ ਹੈ? ਇਸ ਕਰਕੇ ਇਹ ਗਲਤ ਗੱਲ ਕੀਤੀ ਹੈ ਕਿਸੇ ਨੇ। ਅੱਜ ਵੀ ਮੈਂ ਤੁਹਾਨੂੰ ਕਹਿਣਾ, ਪਾਂਡੇ ਜੀ ਖੜ੍ਹੇ ਆ, ਸਭ ਤੋਂ ਵੱਧ ਲੀਡ ਪਿਛਲੀ ਵਾਰ ਵੀ ਨੌਰਥ 'ਚੋਂ ਸੀ ਕਾਂਗਰਸ ਪਾਰਟੀ ਦੀ, ਇਸ ਵਾਰ ਵੀ ਮੇਰੀ ਵਾਰੀ ਆ ਇਲੈਕਸ਼ਨ ਆ ਜਿਹੜੀ ਸਭ ਤੋਂ ਵੱਧ ਲੀਡ ਆ ਜਿਹੜੀ ਉਹ ਪਾਂਡੇ ਜੀ ਦੇ ਹਲਕੇ ਨੌਰਥ 'ਚ ਰਹੇਗੀ, ਇਹ ਤੁਹਾਡੇ ਮੂਹਰੇ ਸਾਬਤ ਹੋ ਜਾਏਗਾ। ਮੈਂ ਕਦੇ ਕਿਹਾ ਵੀ ਮੇਰੀ ਨਾਰਾਜ਼ਗੀ ਹੈ ਕਿਸੇ ਨਾਲ? ਗਿਲਾ ਜ਼ਰੂਰ ਹੈਗਾ, ਮੈਂ ਅੱਜ ਵੀ ਕਹਿੰਦਾ ਗਿਲਾ ਸੀਗਾ, ਗਿਲਾ ਤਾਂ ਚੱਲਦਾ ਰਹਿੰਦਾ ਨਾ ਜਿੱਥੇ ਕਿਤੇ, ਫਿਰ ਨਹੀਂ ਆਪਸ ਵਿੱਚ ਖਿਆਲਾਂ ਮਿਲਣਗੇ ਤਾਂ ਅਸੀਂ ਇੱਕ ਦੂਸਰੇ ਨੂੰ ਕਵਾਂਗੇ ਤਾਂ ਸਹੀ ਨਾ ਵੀ ਆਹ ਗੱਲ ਗਲਤ ਹੈਗੀ ਆ। ਪਰ ਗਿਲਾ ਤਾਂ ਮੈਂ ਹੁਣ ਵੀ ਕਹਿੰਦਾ, ਮੇਰਾ CM ਸਾਹਿਬ ਨਾਲ ਵੀ ਸੀਗਾ ਹੈਗਾ, ਗਿਲਾ ਅੱਜ ਵੀ CM ਸਾਹਿਬ ਨਾਲ ਹੈਗਾ ਵਾ, ਪਰ ਲੜਾਈ ਨਹੀਂ ਕੋਈ ਵੀ ਕਿਸੇ ਵੀ ਗੱਲ ਦੀ, ਜਿੱਥੇ ਕਿਤੇ ਖਿਆਲਾਂ ਨਹੀਂ ਮਿਲਦੇ ਹੈਗੇ ਕਿਸੇ ਨਾਲ ਵੀ ਹੋਣ ਚਾਹੇ, ਮੈਂ ਆਪਣੀ ਗੱਲ ਜ਼ਰੂਰ ਕਹਾਂਗਾ ਔਰ ਸਾਰਿਆਂ ਨੂੰ ਪਤਾ ਵੀ ਮੈਂ ਆਪਣੀ ਗੱਲ ਕਲੀਅਰਲੀ ਕਹਿੰਦਾ ਹੁੰਦਾ। ਜੇ ਤੁਸੀਂ ਸਾਰਿਆਂ ਨੇ ਭੇਜ ਰਹੇ ਹੋ ਤਾਂ ਸ਼ਾਇਦ ਮੈਂ ਜ਼ਰੂਰ ਜਾ ਰਿਹਾ, ਮੈਂ ਤਾਂ ਨਹੀਂ ਜਾ ਰਿਹਾ, ਨਾ ਮੇਰਾ ਪਰਿਵਾਰ ਜਾ ਰਿਹਾ। ਜਾਗਰਤੀ ਲੈਣ ਕੇ ਲਈ ਲੁਧਿਆਣਾ ਸੇ ਸੁਰਿੰਦਰ ਅਰੋੜਾ, ਸੋਨੀ ਕੀ ਰਿਪੋਰਟ।